ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਊਦੀ ਅਰਬ ਦੇ ਤੇਲ ਪਲਾਂਟਾਂ ਤੇ ਹਮਲੇ ਤੋਂ ਬਾਅਦ ਆਪਣੀ ਸਰਕਾਰ ਨੂੰ ਇਰਾਨ ਤੇ ਹੋਰ ਜ਼ਿਆਦਾ ਪਾਬੰਦੀਆਂ ਲਗਾਉਣ ਲਈ ਆਖ ਦਿੱਤਾ। ਟਰੰਪ ਨੇ ਟਵੀਟ ਕੀਤਾ, ਮੈਂ ਵਿੱਤ ਮੰਤਰੀ ਨੂੰ ਇਰਾਨ ਤੇ ਹੋਰ ਜ਼ਿਆਦਾ ਪਾਬੰਦੀਆਂ ਲਗਾਉਣ ਦਾ ਨਿਰਦੇਸ਼ ਦੇ ਦਿੱਤਾ। ਅਮਰੀਕਾ ਪਹਿਲਾਂ ਹੀ ਇਰਾਨ ਤੇ ਬਹੁਤ ਪਾਬੰਦੀਆਂ ਲਗਾ ਚੁੱਕਿਆ ਜਿਨ੍ਹਾਂ ਨੇ ਉਸਦੀ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚਾ ਦਿੱਤਾ। ਇਸ ਵਿੱਚ ਉਸਦੇ ਪ੍ਰਮੁੱਖ ਤੇਲ ਨਿਰਯਾਤ ਉਦਯੋਗ ਨੂੰ ਬੰਦ ਕਰਨ ਦਾ ਯਤਨ ਵੀ ਸ਼ਾਮਲ ਹੈ। ਹਾਲਾਂਕਿ ਅਜੇ ਤੱਕ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਇਰਾਨ ਖਿਲਾਫ ਨਵੇਂ ਕਦਮ ਕੀ ਹੋ ਸਕਦੇ ਨੇ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਸਾਊਦੀ ਅਰਬ ਦੇ 2 ਤੇਲ ਪਲਾਂਟਾਂ ਤੇ ਹਵਾਈ ਹਮਲੇ ਕੀਤੇ ਗਏ ਸਨ ਜਿਨ੍ਹਾਂ ਦੀ ਜ਼ਿੰਮੇਵਾਰੀ ਯਮਨ ਦੇ ਹੂਤੀ ਵਿਦਰੋਹੀਆਂ ਨੇ ਲਈ ਸੀ। ਇਰਾਨ ਤੇ ਦੋਸ਼ ਹੈ ਕਿ ਉਸਨੇ ਆਪਣੇ ਸਮਰਥਕ ਹੂਤੀ ਵਿਦਰੋਹੀਆਂ ਨੂੰ ਹਮਲੇ ਲਈ ਹਥਿਆਰ ਮੁਹੱਈਆ ਕਰਵਾਏ ਸਨ।